ਪਟਿਆਲਾ ਦੇ ਰਾਜਨੀਤੀ ਵਿਭਾਗ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 2 ਦਿਨਾਂ ਰਾਸ਼ਟਰੀ ਸੈਮੀਨਾਰ ਦਾ ਆਯੋਜਨ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮਾਜਿਕ ਰਾਜਨੀਤਿਕ ਵਿਚਾਰਾਂ ਨੂੰ ਸਮਝਣ ਸੰਬੰਧੀ ਵਿਸ਼ੇ ਵਾਲੇ ਇਸ ਸੈਮੀਨਾਰ ਦੇ ਉਦਘਾਟਨੀ ਸਮਾਰੋਹ ਦੀ ਪ੍ਰਧਾਨਗੀ ਵਾਈਸ ਚਾਂਸਲਰ ਡਾਕਟਰ BS ਘੁੰਮਣ ਨੇ ਕੀਤੀ। ਪੰਜਾਬੀ ਇੰਸਟੀਚਿਊਟ ਪਟਿਆਲਾ ਵਿਖੇ ਅੱਜ ਇੱਕ ਨੈਸ਼ਨਲ ਸੈਮੀਨਾਰ ਗੁਰਪੁਰਬ ਨੂੰ ਸਮਰਪਿਤ ਆਰਗਨਾਈਜ਼ ਕੀਤਾ ਗਿਆ। ਉਹਦੇ ਵਿੱਚ ਇੱਕ ਨੈਸ਼ਨਲ ਸੈਮੀਨਾਰ ਹੋਏਗਾ ਜੋ ਕਿ ਗੁਰੂ ਨਾਨਕ ਦੇਵ ਜੀ ਦੇ ਜਿਹੜੇ ਵਿਚਾਰ ਨੇ, ਆਈਡੀਅਲਸ ਨੇ, ਉਹਨਾਂ ਨੂੰ ਅੱਜ ਦੇ ਸੰਦਰਭ ਦੇ ਵਿੱਚ ਉਹਨਾਂ ਦੀ ਕੀ ਮਹੱਤਤਾ ਹੈ, ਇਸ ਬਾਰੇ ਸੈਮੀਨਾਰ ਹੋਇਆ। ਅਤੇ ਨਾਲ ਨਾਲ ਇੱਕ ਬੁੱਕ ਮੈਂ ਰਿਲੀਜ਼ ਕਰਕੇ ਆਇਆ, ਉਹ ਸੀਗਾ ਸੋਸ਼ਲ ਐਂਡ ਪੋਲੀਟੀਕਲ ਐਥਿਕਸ, ਜਿਹੜਾ ਗੁਰੂ ਨਾਨਕ ਦੇਵ ਜੀ ਦੀ ਬਾਣੀ 'ਤੇ ਆਧਾਰਿਤ ਹੈ। ਅਤੇ ਅਸੀਂ ਹੁਣ ਤੱਕ 60-65 ਦੇ ਕਰੀਬ ਅਸੀਂ ਪ੍ਰੋਗਰਾਮ ਉਲੀਕੇ, 45-50 ਦੇ ਕਰੀਬ ਅਸੀਂ ਨੇਪਰੇ ਚਾੜ ਚੁੱਕੇ ਹਾਂ। ਅੱਜ ਦਾ ਜਿਹੜਾ ਸੈਮੀਨਾਰ ਹੈ ਉਹ ਬਹੁਤ ਹੀ ਉੱਚ ਕੋਟੀ ਦਾ ਸੈਮੀਨਾਰ ਹੈ। ਉਹ 'ਚ ਜਿਹੜੇ ਵਿਦਵਾਨ ਆਏ ਹੈ ਉਹ ਅਮੈਰੀਕਾ ਤੋਂ ਵੀ ਆਏ ਅਤੇ ਦੇਸ਼ ਭਰ ਤੋਂ ਵੀ ਆਏ ਹੈ। ਨੰਦੇੜ ਸਾਹਿਬ ਤੋਂ ਵੀ ਸੰਗਤ ਉਹਦੇ ਵਿੱਚ ਸ਼ਾਮਿਲ ਹੋ ਰਹੀ ਹੈ। ਜਿਹੜਾ ਅੱਜ ਵਾਲਾ ਇਹ ਪਰਾਲੀ ਵਾਲਾ ਉਪਰਾਲਾ ਹੈਗਾ, ਇਹਦਾ ਸਾਰਿਆਂ ਨਾਲੋਂ ਪਹਿਲਾਂ ਜਿਹੜਾ ਇਨੀਸ਼ੀਏਟਿਵ ਸੀ ਉਹ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਨਾਲ ਰਲ ਕੇ ਪੰਜਾਬੀ ਇੰਸਟੀਚਿਊਟ ਪਟਿਆਲਾ ਨੇ ਲਿਆ ਸੀਗਾ। ਉਹ ਬੜਾ ਸਕਸੈਸਫੁਲ ਤਜਰਬਾ ਰਿਹਾ ਸੀਗਾ। ਜਦੋਂ ਅਸੀਂ ਬਹੁਤ ਜ਼ਿਆਦਾ ਪਿੰਡ ਪੰਜਾਬੀ ਇੰਸਟੀਚਿਊਟ ਪਟਿਆਲਾ ਦੇ ਖੇਤਰ 'ਚ ਪੈਂਦੇ ਕਵਰ ਕੀਤੇ ਸੀਗੇ, ਉਸ ਸਕਸੈਸਫੁਲ ਤਜਰਬੇ ਦੇ ਆਧਾਰ 'ਤੇ ਤਿੰਨੋਂ ਯੂਨੀਵਰਸਿਟੀਆਂ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਦੇ ਨਾਲ ਰਲ ਕੇ ਸਾਰੇ ਪੰਜਾਬ ਨੂੰ 12,800 ਤੋਂ ਉੱਪਰ ਜਿਹੜੇ ਪਿੰਡ ਆ ਸਾਰਿਆਂ ਨੂੰ ਅਸੀਂ ਕਵਰ ਕਰਨ ਜਾ ਰਹੇ ਹਾਂ। ਹਰੇਕ ਪਿੰਡ ਦੇ ਵਿੱਚ ਸਾਡੇ ਵਲੰਟੀਅਰ ਹੋਣਗੇ ਅਤੇ ਜਾ ਕੇ ਫਾਰਮਰਸ ਨੂੰ ਮਤਲਬ ਕਿ ਇਸ ਗੱਲ ਦਾ ਸੁਝਾਅ ਦੇਣਗੇ ਵੀ ਪਰਾਲੀ ਸਾੜਨਾ ਸਾਡੇ ਵਾਤਾਵਰਨ ਦਾ, ਪਰਿਵਾਰਾਂ ਦਾ ਅਤੇ ਕਿੰਨਾ ਨੁਕਸਾਨ ਹੁੰਦਾ, ਇਹ ਇਸ ਬਾਰੇ ਗੱਲਬਾਤ ਹੋਏਗੀ।